तो आओ सत्संगियों, आओ आपां पहले जिहड़ा सवाल है वह मैं शुरू करदा वीर तजिंदर सिंह जी तों। तो सवाल हैगा कि संगत विचों सवाल आया सी ग्रुप चैट विच कि ग्रंथी सिंघां नूं आम तौर पर बड़ी घट तनखाह दिती जांदी है जिस करके वह अपने बच्चों चंगी स्कूली विद्या भी नहीं दे सकती। तो यह एक सवाल यहो जिहा है जिहदे कई पक्ष ने सोचण वाले। तो इहनू ते जे आपां पूरा इहदा एक पीरियड बना दईए ते तां वी थोड़ा है क्योंकि बहुत सारियां गल्लां जिहड़ियां ने उहदे डिस्कस करन वाली, परंतु क्योंकि सवाल आया ते असीं वीर तजिंदर सिंह नूं बेनती कीती भी सानूं संखेप लफ्ज़ां विच इहदा उत्तर दिओ क्योंकि सवालकर्ता दे मन च है भी ग्रंथी सिंह जिहड़े साडी अगवाई करदे ने स्पिरिचुअल आत्मक तौर ते गुरद्वारा साहिब दी सेवा करदे ने उन्होंने बच्चों का स्टैंडर्ड जिहड़ा आम नालों अच्छा होना चाहिए पर है वो दे बिल्कुल उल्ट। हाँ जी सतजिंदर सिंह जी कृपा करो। वाहिगुरु जी का खालसा वाहिगुरु जी फतेह। आप जी ने बड़ा ही इंपॉर्टेंट एक सवाल जिहड़ा है वो पूछा है ते इस सवाल दे बैकग्राउंड भी जान वास्ते सानू गुरुद्वारा साहब ते गुरुद्वारा साहब के जिहड़े ग्रंथी सिंघानी आ जिहड़े कीर्तनी आ जिहड़े होर उत्ते काम करदे हन ਉਹਨਾਂ ਦੇ ਬਾਰੇ ਸਾਨੂੰ ਥੋੜਾ ਪਿਛੋਕੜ ਜਾਣਨ ਦੀ ਲੋੜ ਹੈ। ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਗੁਰਦੁਆਰਾ ਸਾਹਿਬ ਜੋ ਉਹ ਹੈ ਕੀ। ਗੁਰਬਾਣੀ ਵੀ ਸ੍ਰੀ ਅਨੰਦ ਸਾਹਿਬ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਏ ਸੀ। ਸਤਿਗੁਰ ਫਰਮਾਇਆ ਕਾਰੀਏ ਕਰਿਓ ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲੇ ਕਿ ਆਪਣੇ ਗੁਰੂ ਦੀ ਅਕਾਲ ਪੁਰਖ ਦੀ ਸਤੁਤੀ ਕਰਨ ਵਾਸਤੇ ਸਾਧ ਸੰਗਤ ਵਿੱਚ ਜੁੜਨ ਵਾਸਤੇ ਗੁਰਦੁਆਰਾ ਸਾਹਿਬ ਜਿਹੜੇ ਹਨ ਬਣਾਏ ਗਏ। ਤੋ ਗੁਰਦੁਆਰੇ ਸਾਹਿਬ ਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਸਟਾਲੇਸ਼ਨ ਹੈ ਔਰ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਹੀ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਪ੍ਰੋਗਰਾਮ ਹਨ ਉਹ ਚੱਲਦੇ ਹਨ ਔਰ ਉਹਨਾਂ ਦੇ ਮੁੱਖ ਵਕਤਾ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਾਕ ਲੈਣਾ ਮਹਾਰਾਜ ਦਾ ਉਸਦੀ ਕਥਾ ਕਰਨੀ ਔਰ ਹੋਰ ਜਿਹੜੇ ਰਹਿਤ ਮਰਦਾ ਅਨੁਸਾਰ ਜਿਹੜੀ ਡਾਇਰੈਕਸ਼ਨ ਦੇਣੀ ਤੋ ਇਹ ਸਾਰਾ ਕੰਮ ਜਿਹੜਾ ਹੈ ਗੁਰੂ ਸਾਹਿਬ ਦੇ ਗ੍ਰੰਥੀ ਸਾਹਿਬ ਦਾ ਗੁਰੂ ਗ੍ਰੰਥ ਗੁਰਦੁਆਰਾ ਸਾਹਿਬ ਦੇ ਜਿਹਨੂੰ ਅਸੀਂ ਪਿਆਰ ਨਾਲ ਗੁਰੂ ਸਾਹਿਬ ਦੇ ਵਜ਼ੀਰ ਵੀ ਕਹਿੰਦੇ। ਤੇ ਅੱਜ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਯੋਗ ਜਿਹੜੀ ਹੈ ਉਹ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਇਸ ਕਰਕੇ ਉਹ ਆਪਣੇ ਬੱਚੇ ਨਹੀਂ ਪੜ੍ਹਾ ਸਕਦੇ। ਇਹ ਗੱਲ ਠੀਕ ਹੈ ਵੀ ਇਹ ਵੀ ਕਈ ਵੀ ਡਿਸਕਸ਼ਨ ਵਿੱਚ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਉਹ ਇੰਨੇ ਕੈਪੇਬਲ ਨਹੀਂ ਹੁੰਦੇ ਜਿਹੜੇ ਗ੍ਰੰਥੀ ਹਨ ਗੁਰਦੁਆਰਾ ਸਾਹਿਬ ਦੇ ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਸੈਲਰੀ ਨਹੀਂ ਮਿਲਦੀ। ਉਹ ਇਹ ਗੱਲ ਹੈ ਕਿ ਜਿਹੜੇ ਕਮੇਟੀਆਂ ਨੇ ਜਿਹੜੇ ਇਸ ਗੁਰਦੁਆਰਾ ਸਾਹਿਬ ਨੂੰ ਮੈਨੇਜ ਕਰ ਰਹੀਆਂ ਸਭ ਤੋਂ ਪਹਿਲਾਂ ਤੇ ਇਹ ਜ਼ਿੰਮੇਵਾਰੀ ਹੈ ਕਿ ਗੁਰਦੁਆਰਾ ਸਾਹਿਬ ਜੋ ਕਮੇਟੀ ਹੈ ਉਹ ਯੋਗ ਜਿਹੜੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਔਰ ਜਿਹੜੇ ਉਪ ਗ੍ਰੰਥੀ ਹਨ ਜਾਂ ਜਿਹੜੇ ਕੀਰਤਨ ਕਰਨ ਵਾਲੇ ਹਨ ਸੇਵਾਦਾਰ ਵਗੈਰਾ ਉਹ ਐਸੇ ਲਿਆਉਣ ਕਿ ਜਿਹੜੇ ਯੋਗ ਹੋਣ ਜਿਹਨਾਂ ਨੂੰ ਗੁਰਬਾਣੀ ਦੀ ਸੰਥਿਆ ਹੋਵੇ ਗੁਰਬਾਣੀ ਦੇ ਜਿਹੜੇ ਉਹਨਾਂ ਨੇ ਮਿਸ਼ਨਰੀ ਕੋਰਸ ਕੀਤੇ ਹੋਣ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਗੁਰਮਤ ਹੈ ਉਸ ਨੂੰ ਅਸੀਂ ਆਪ ਸਮਝਣਾ ਹੈ ਤੇ ਦੂਸਰਾ ਸੰਗਤ ਨੂੰ ਅਸੀਂ ਕਿਵੇਂ ਸਮਝਾਉਣਾ। ਤੋ ਇਹ ਅੱਜ ਕੱਲ੍ਹ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਕੁਛ ਮਿਸ਼ਨਰੀ ਕਾਲਜ ਹਨ ਜਿਵੇਂ ਸਿੱਖ ਮਿਸ਼ਨਰੀ ਕਾਲਜ ਹੈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਹੈ ਔਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਮਿਸ਼ਨਰੀ ਕਾਲਜ ਚੌਂਤਾ ਦੇ ਵਿੱਚ ਹੈ ਔਰ ਹੋਰ ਵੀ ਕਈ ਐਸੀਆਂ ਸੰਸਥਾਵਾਂ ਹਨ ਜਿਹੜੀ ਗੁਰਬਾਣੀ ਦੀ ਔਰ ਗੁਰਮਤਿ ਦੀ ਜਿਹੜੀ ਹਨ ਸੰਸਥਾ ਕਰਾਉਂਦੀਆਂ ਹਨ। ਤੋ ਜਿਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਚੋਣ ਕਰਦੇ ਹਾਂ ਤਾਂ ਸਾਨੂੰ ਸਾਰੇ ਇਹ ਪੱਖ ਜਿਹੜੇ ਹਨ ਇਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਜਿਹੜਾ ਗ੍ਰੰਥੀ ਸਿੰਘ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹਨੂੰ ਅਪਾਇੰਟ ਕਰ ਰਹੇ ਹਾਂ ਗੁਰਮਤਿ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਰਹੇ ਹਾਂ ਉਹਨਾਂ ਦੀ ਕੈਪੇਬਿਲਿਟੀ ਵੀ ਹੈ ਜਾਂ ਨਹੀਂ। ਤੋ ਇਸ ਕਰਕੇ ਜੇਕਰ ਉਹ ਕੈਪੇਬਲ ਹਨ ਜਿੰਨੇ ਤੇ ਉਸ ਹਿਸਾਬ ਨਾਲ ਉਹਨਾਂ ਦੀ ਤਨਖਾਹ ਇੰਨੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸੰਗਤ ਦੇ ਵੱਲੋਂ ਜਿਹੜੀ ਮਾਇਆ ਜਾਂ ਭੇਟਾ ਆਉਣੀ ਆ ਉਹਦੇ ਤੇ ਡਿਪੈਂਡ ਨਾ ਕਰਨਾ ਪਵੇ ਤੇ ਉਹਨਾਂ ਦੀ ਆਪਣੀ ਸੈਲਰੀ ਸਫੀਸ਼ੀਐਂਟ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਘਰ ਦਾ ਬੜੇ ਆਦਰ ਸਤਿਕਾਰ ਪੂਰਵਕ ਢੰਗ ਦੇ ਨਾਲ ਉਹ ਗੁਜ਼ਾਰਾ ਕਰ ਸਕਣ ਔਰ ਆਪਣੇ ਬੱਚਿਆਂ ਨੂੰ ਵੀ ਚੰਗੀ ਜਿਹੜੀ ਹੈ ਉਹ ਵਿੱਦਿਆ ਦੇ ਸਕਣ ਕਿਉਂਕਿ ਗੁਰਦੁਆਰੇ ਸਾਹਿਬ ਜਿਹੜੇ ਹਨ ਉਹ ਸਿੱਖੀ ਦੇ ਸੋਮੇ ਹਨ ਤੇ ਜੇ ਇਸ ਸੋਮੇ ਦੇ ਵਿੱਚੋਂ ਜਿਹੜਾ ਗੁਰਮਤਿ ਦਾ ਪ੍ਰਵਾਹ ਹੈ ਉਹ ਬੰਦ ਹੋ ਜਾਏਗਾ ਜਾਂ ਇਨਕੈਪੇਬਲ ਢੰਗ ਦੇ ਨਾਲ ਉਹ ਗੁਰਬਾਣੀ ਦੇ ਜਿਹੜੇ ਅਸੂਲ ਦੱਸੇ ਜਾਣਗੇ
फिर वह गुरद्वारा साहब का जोड़ा है वो बनाना या उसनों अगे चलाना जोड़ा है वह लाहेवंद नहीं होएगा क्योंकि संगत गुरु नाल या गुरमत के नाल नहीं जुड़ सकनगिया। तो मेरा यही कहना है कि गुरद्वारा कमेटियां की यह जिम्मेवारी है कि वह सुचजे जड़े है ढंग के नाल ग्रंथियां की चोन कर। साढ़े इतने चंडीगढ़ के अंदर मोहाली के भी एक ऐसी संस्था जी है वह चल रही है कि जी के मिशनरियां भी अगों ट्रेन करती है और उन्हों की प्लेसमेंट वास्ते वो कई सालों तो पिछले जी ये सेवा कर रही हैं। तो गुरद्वारा कमेटियां बेनती है कि वह इन अदारों ट्रेन जड़े मिशनरी हैं उन्होंने ही अपने गुरद्वारे में रखन तो उन्होंने अच्छी सैलरी देन। यह ना हो गुरद्वारे की ग्रंथी की जी सैलरी है वह सरकारी दफ्तर के चपरासी नालों भी घट हो तो उन्होंने इधर उधर झाकना पवे कि मैं संगत कोई चीज़ मिले तो मैं अपने घर का गुजारा कर सकता। तो मेरी यही बेनती है कि गुरुद्वारे के ग्रंथी साहब न जी है उन्होंने योग्यता के अनुसार उन्होंने सैलरी मिलनी चाहिए है और इसकी पूरी जिम्मेवारी जी है वह गुरुद्वार कमेटी की है। आस है आप जी ने जो सवाल पूछा है आप जी ने उसका जवाब मिल गया होगा। होर भी इस विषय के उपर कोई अपने विचार देना ता वो जी आयान। वाहगुरु जी का खालसा वाहगुरु जी की फतेह। वीर जी ने बड़े अच्छे दो तीन पॉइंट जड़े ने वो टच किए ने जिमें कि मिशनरी कॉलेज तो ट्रेंड होए और तुसी देखते हैं सतसंग जी के जिन्हां कॉलेजों का वीर जी ने नाम लिया है उन्हां दे ट्रेंड होए जड़े मिशनरीज ने कथाकार या ग्रंथी सिंह ने या ईवन जिहड़े कीर्तन करन वाले ने उन्हां नूं असीं देखिया कि वो जिथे जिथे सेवा निभा रहे हैं वो पंजाब के हम जो मेन शहर ने उन्होंने तकरीबन बहुत गुरुद्वार जिथे संगत चंगी आती है उत्थे उन्होंने ट्रेन जड़े ने इन कॉलेजों के ही लगते हैं। मैं काफ़ी मेरा जाती तजर्बा है और उत्थे बिल्कुल उन्होंने इंपैक्ट भी है क्योंकि जिन्हें तीन साल उत्थे कोर्स चलाए ने ते वो नहीं तो हूँ तक की है कि जो मर्जी मतलब भी जिन्हें देखा मैं पाठ कर लेना या जिन्हें देखा मैं पाँच सौ दस शब्दों की कीर्तन करना आता है वह कीर्तनी सिंह या ग्रंथी सिंह बन जाता है। ये नहीं होना चाहिए क्वालीफाइड होने चाहिए जिवें वीर जी ने कहा। इस तरह बहुत सारे होर पॉइंट जोड़े ने वह भी सानू अपने नज़र च रखने चाहिए ने। वीर जी ने बड़ा अच्छा दसाया जे ऐसा होएगा तो रिजल्ट ओरिएंटेड मतलब हरेक गुरद्वारा कमेटी जी है वह अपने मन च रखे कि असी जोड़े भी प्रचारक चाहे वह कथाकार ने चाहे ग्रंथी सिंह ने या ईवन रागी सिंह ने उन्हों की जोड़े परफॉर्मेंस है वो रिजल्ट ओरिएंटेड होनी चाहिए। एक फॉरमैलिटी नहीं है भी सवेरे आसा कई बार कीर्तन हो गया शाम को रहरास हो गई नहीं देखना तो यह चाहिए कि आया उस इलाके उन्हों का की इंपैक्ट पै रहा आया जी गुरु ग्रंथ साहब जी की बाणी है जो उपदेश है उन्होंने उन्हों का असर संगत पर पै रहा कि नहीं पै रहा क्योंकि ये एक प्रचारक दे उत्ते डिपेंड करता है कि जिमें दवाइया तो बड़िया होंगे ने परंतु डॉक्टर से डिपेंड करता है जिन्ना डॉक्टर कोई अच्छा इंटेलीजेंट क्वालीफाइड होएगा उसकी दवाई वो उन्होंने उस हिसाब ज़्यादा असर करेगी। इस तरह गुरबाणी जी है इनू समझाने वाला जोड़ा भाव प्रचारक जोड़ा वो आप बिल्कुल अच्छा मतलब क्वालीफाइड और आप अंडरस्टैंडिंग गुरबाणी की और रहत मर्यादा की और सिख हिस्टरी की होनी चाहिए। दूसरी गल मैं बेनती करा कि समय का हानि होना बड़ा जरूरी है क्योंकि हूँ एजुकेशन बहुत बढ़ गई है पहले तो तकरीबन आप देखते सज तो जो 40-50 साल पिछले नज़र मारीे तो विद्या का पसारा बहुत नहीं सी ते वो जो मतलब अभी सुनिया वो साखियां सुनातियां ते काम चल जाते हूँ विद्या का पसारा बहुत है। आने वाली जनरेशन वाल अगर ध्यान मारीे तो उन्होंने तुम कोई गल एवें नहीं थोप सकते वो बिल्कुल हर गल की दलील और उन्होंने अंडरसटैंड करना चाहते हैं तो जिन्ना चिर वो कन्विंस ना होती गल अपना नहीं सकते। तो इस करके जो सा ग्रंथी सिंह हो गए या प्रचारक सिंह हो गए उन्होंने उन्हों की जी क्वालिफिकेशन काबिलियत जमीर जी ने दसिया ऐसी होनी चाहिए है कि जी गल कर संगत पर इंपैक्ट पवे और सब तो ज़्यादा जरूरी असं देखना है कि यह इंपैक्ट जो आने वाली जनरेशन पर पैना जरूरी है। जे साडे वर्गों फर्क कोई पा भी दौ तो इन्ना ज़्यादा फर्क नहीं पैना क्योंकि जी आने वाली जनरेशन है जिमें पहले किया एक तो बिल्कुल हर चीज़ जी है वो दलील की कसवटी पर रखते हैं तो उन्होंने तसली होनी बड़ी जरूरी है उन्हों की अगवाई होनी जरूरी है। तो इस करके समय के हानि होने का मेरा मतलब यह है कि हुण इस वेले सारे संसार में सिख जड़े ने पसरे ने और तकरीबन
हर थां ते गुरद्वारा साहब भी होंदा। इस करके जिहड़े साडे प्रचारक श्रेणी है उन्हां नूं वख-वख भाषावां दा विज्ञान होना चाहिए। जिस इलाके जाण उस इलाके की उन्हां नूं उत्थे दी जिहड़ी ज्योग्राफी है उहदे बारे नॉलेज होना चाहिए और उत्थे दा जिहड़ा रहन सहन है तां जी अकॉर्डिंगली उत्थे जिहड़ा उह जाके प्रचार करे। मैं गल इस करके भी कही है कि इस अपना यूरोप अमेरिका दे विच की है भी जिहड़े साडे प्रचारक सिंह बहुते आउंदे भी ने ਉਹ ਉਸੇ ਟਾਈਪ ਨਾਲ ਕਥਾ ਜਾਂ ਕਰਦੇ ਨੇ ਜਾਂ ਸਮਝਾਉਂਦੇ ਨੇ ਜਿਸ ਟਾਈਪ ਉਹ ਆਪਣੇ ਭਾਰਤ ਜਾਂ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ 'ਚ ਚੱਲਦੇ ਸਨ। ਕਿਉਂਕਿ ਇੱਥੇ ਦਾ ਜੋ ਐਟਮੋਸਫੀਅਰ ਦਾ ਮਾਹੌਲ ਆ ਜਾਂ ਇੱਥੇ ਦੇ ਬੱਚਿਆਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਉਹਦੇ ਮੁਤਾਬਕ ਜਿਹੜਾ ਉਹ ਦੱਸਣਾ ਜਿਹੜਾ ਉਹ ਪਏਗਾ। ਤੋ ਇਹ ਬੜਾ ਅਹਿਮ ਮਸਲਾ ਹੈ ਮੈਂ ਜੋ ਸ਼ੁਰੂ ਚੁੱਕਿਆ ਅਤੇ ਪਰ ਵੀਰ ਜੀ ਨੇ ਸਾਨੂੰ ਉਹਦੇ ਇੰਪੋਰਟੈਂਟ ਜਿਹੜੇ ਨੇ ਉਹ ਪੁਆਇੰਟਸ ਦੱਸੇ ਨੇ ਔਰ ਕੁਛ ਗਰੁੱਪ ਚੈਟ ਵਿੱਚ ਵੀਰ ਤੇਜਿੰਦਰ ਸਿੰਘ ਨੇ ਐਡੀਸ਼ਨ ਕੀਤੀ ਹੈ ਮੈਂ ਉਹਨੂੰ ਬੇਨਤੀ ਕਰਾਂਗਾ ਉਹ ਆਪ ਹੀ ਸੰਗਤ ਨਾਲ ਸਾਂਝੀ ਕਰ ਲੈ। ਹਾਂਜੀ ਤੇਜਿੰਦਰ ਸਿੰਘ। ਹਾਂਜੀ ਮੈਂ ਉਸਦੇ ਬਾਰੇ ਰਿਪਲਾਈ ਕਰ ਰਿਹਾ ਸੀਗਾ ਡਾਕਟਰ ਗੁਰਪਾਲ ਸਿੰਘ ਜੀ ਕਿ ਆਪਦਾ ਸੁਝਾਵ ਆਪਣੇ ਹਿਸਾਬ ਨਾਲ ਠੀਕ ਹੈ ਲੇਕਿਨ ਅਸੀਂ ਕਹਿੰਦੇ ਹਾਂ ਵੀ ਉਹਨਾਂ ਦੀ ਸੈਲਰੀ ਜਿਹੜੀ ਹੈ ਗੁਰਦੁਆਰਾ ਕਮੇਟੀ ਵੱਲੋਂ ਇੰਨੀ ਸਫੀਸ਼ੀਐਂਟ ਹੋਵੇ ਉਹ ਦੇਖਦੇ ਹੋਇਆ ਵੀ ਜਿਸ ਇਲਾਕੇ ਵਿੱਚ ਰਹਿ ਰਹੇ ਨੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਸਕੂਲ ਵੀ ਪੜ੍ਹਾਉਣੇ ਨੇ ਅੱਛੀ ਪੜ੍ਹਾਈ ਹੋਣੀ ਹੈ ਅਤੇ ਅਗਰ ਅਸੀਂ ਉਹਨਾਂ ਦਾ ਮਾਇੰਡ ਡਾਇਵਰਟ ਕਰ ਦਿੰਦੇ ਹਾਂ ਕਿ ਉਹ ਵੋਕੇਸ਼ਨਲ ਕੋਰਸ ਕਰਨ ਲੱਗ ਪੈਣਗੇ ਅਤੇ ਫਿਰ ਉਹ ਐਜ਼ ਏ ਮਿਸ਼ਨਰੀ ਜਿਹੜੀ ਹੈ ਉਹ ਮੇਰੀ ਪੱਕੀ ਰਾਏ ਹੈ ਕਿ ਉਹ ਸਕਸੈਸਫੁਲ ਨਹੀਂ ਹੋਣਗੇ ਕਿ ਜਿਹੜਾ ਬੰਦਾ ਦਿਹਾੜੀ ਜਿਹੜਾ ਹੈ ਉਹ ਆਪਣਾ ਕਿਸੇ ਵਰਕਸ਼ਾਪ 'ਚ ਆਪਣਾ ਜਿਹੜੀ ਹੈ ਉਹ ਕਰਕੇ ਕੰਮ ਆਇਆ ਸਰੀਰ ਤੋੜ ਕੇ ਆਇਆ ਤੇ ਉਹ ਸ਼ਾਮ ਨੂੰ ਫਿਰ ਸੰਗਤ ਨੂੰ ਪ੍ਰੋਪਰਲੀ ਐਡਰੈਸ ਨਹੀਂ ਕਰ ਸਕਦਾ ਨਾ ਹੀ ਉਹ ਸਵੇਰੇ ਐਡਰੈਸ ਕਰੇਗਾ ਪ੍ਰੋਪਰਲੀ। ਤੋ ਇਸ ਕਰਕੇ ਸਾਨੂੰ ਇਸ ਨੂੰ ਡਾਇਵਰਟ ਨਹੀਂ ਕਰਨਾ ਚਾਹੀਦਾ ਉਹ ਅਲੱਗ ਕੀਤਾ ਹੈ ਇਹ ਗੁਰਮਤਿ ਪ੍ਰਚਾਰ ਦਾ ਜਿਹੜਾ ਅਲੱਗ ਹੈ ਜਿੰਨੇ ਵੀ ਸਾਡੇ ਸਕਸੈਸਫੁਲ ਪੁਰਾਣੇ ਜਿਹੜੇ ਪ੍ਰਚਾਰਕ ਹੋਏ ਹਨ ਉਹਨਾਂ ਨੇ ਇਸ ਤਰੀਕੇ ਨਾਲ ਪ੍ਰਚਾਰ ਨਹੀਂ ਕੀਤਾ ਹੈ। ਅਸੀਂ ਭਾਈ ਪਿੰਦਰਪਾਲ ਸਿੰਘ ਜੀ ਦੀ ਗੱਲ ਲੈ ਲਈਏ ਭਾਈ ਮਸਕੀਨ ਜੀ ਦੀ ਗੱਲ ਲੈ ਲਈਏ ਹੋਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਲੈ ਲਈਏ ਹੋਰ ਕਿੰਨੇ ਵੀ ਜਿਹੜੇ ਪ੍ਰਚਾਰਕ ਹਨ ਉਹਨਾਂ ਨੇ ਇੱਕ ਮਨ ਹੋ ਕਰਕੇ ਇੱਕ ਚਿੱਤ ਹੋ ਕਰਕੇ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੈ ਸੰਥਿਆ ਨੂੰ ਸਮਝਿਆ ਹੈ ਕੀਰਤਨ ਨੂੰ ਉਸ ਢੰਗ ਨਾਲ ਕੀਤਾ ਹੈ ਤੇ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਪ੍ਰਚਾਰ ਕੀਤਾ। ਤੋ ਇਹ ਬੜੀ ਕੇਅਰਫੁਲ ਸਾਨੂੰ ਇਹ ਪਲਾਨ ਕਰਨਾ ਪਏਗਾ ਕਿ ਗ੍ਰੰਥੀ ਜਿਹੜੇ ਨੇ ਉਹ ਗ੍ਰੰਥੀ ਨੇ ਉਹਨਾਂ ਨੂੰ ਪ੍ਰਚਾਰਕ ਦੇ ਤੌਰ ਦੇ ਉੱਪਰ ਹੀ ਸਾਨੂੰ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ। ਉਹ ਅਗਰ ਦੂਸਰੇ ਕੰਮ ਵੀ ਚਲੇ ਜਾਣਗੇ ਤੇ ਫਿਰ ਉਹ ਪ੍ਰਚਾਰ ਵਾਲੇ ਪਾਸੇ ਨਹੀਂ ਆਉਣਗੇ ਇਹ ਪੱਕੀ ਗੱਲ ਹੈ ਤੇ ਸਾਨੂੰ ਇਹ ਉਹਨੂੰ ਇਸ ਪਾਸੇ ਵੱਲ ਜਾਣ ਤੋਂ ਰੋਕਣਾ ਹੈ ਤੇ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਇੰਨੀ ਸਫੀਸ਼ੀਐਂਟ ਤਨਖਾਹ ਦੇ ਦੇਵੇ ਕਿ ਉਹਨਾਂ ਨੂੰ ਹੋਰ ਪਾਸੇ ਵੱਲ ਡਬਲ ਸ਼ਿਫਟ ਕਰਨ ਵਾਸਤੇ ਉਹਦਾ ਧਿਆਨ ਨਾ ਦੇਣਾ ਜਾਵੇ ਮੇਰੀ ਇਹ ਆਪ ਜੀ ਨੂੰ ਬੇਨਤੀ ਹੈ। ਬਿਲਕੁਲ ਠੀਕ ਹੈ ਜੀ ਤੁਸੀਂ ਕਿਹਾ ਦੋਨੋਂ ਗੱਲਾਂ ਨੇ ਕਿ ਉਹਨਾਂ ਦੀ ਸੈਲਰੀ ਵੀ ਠੀਕ ਹੋਵੇ ਤੇ ਦੂਜਾ ਹੈ ਵੀ ਜਿਹੜੇ ਸਾਡੇ ਪ੍ਰਚਾਰਕ ਉਹ ਕਮਿਟਡ ਹੋਣ ਉਹ ਵੀ ਕਮਿਟਡ ਹੋ ਕੇ ਜਿਸ ਵੇਲੇ ਕਰਨਗੇ ਨਾ ਪ੍ਰਚਾਰ ਤਾਂ ਫਿਰ ਉਹਨਾਂ ਦੇ ਪ੍ਰਚਾਰ ਦਾ ਅਸਰ ਵੀ ਜਿਹੜਾ ਜ਼ਰੂਰ ਹੋਏਗਾ। ਲੋੜ ਹੈ ਇਹ ਬੋਥ ਫੇਜ਼ ਗੇਮ ਹੈ ਬਿਲਕੁਲ ਠੀਕ ਹੈ ਜੀ। ਤੋ ਸੰਗਤ ਜੀ ਫਿਰ ਵੀ ਇਹਦੇ 'ਚ ਕੋਈ ਹੋਰ ਸੁਝਾਅ ਆਉਣਗੇ ਤੇ ਅਸੀਂ ਆਪ ਜੀ ਦੇ ਨੋਟ ਕਰਾਂਗੇ। ਹੁਣ ਅਸੀਂ ਅਗਲੇ ਸਵਾਲ ਵੱਲ ਜਾਣਾ ਤੇ ਜਿਹਨਾਂ ਦੇ ਕੋਈ ਕੁਐਸਚਨ ਜੀ ਨੇ ਹੈਂਡ ਰੇਜ਼ ਨੇ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਐਟ ਦ ਐਂਡ ਆਫ ਦਾ ਸੈਸ਼ਨ ਅਸੀਂ ਕੁਐਸਚਨ ਉਹਨਾਂ ਦੇ ਲਵਾਂਗੇ। ਤੇ ਹੁਣ ਇਹ ਹੈ ਕਿ ਤੁਸੀਂ ਆਪਣੇ ਸੁਝਾਅ ਗਰੁੱਪ ਚੈਟ 'ਚ ਪਾ ਸਕਦੇ ਹੋ ਅਸੀਂ ਨੋਟ ਕਰਾਂਗੇ। ਡਾਕਟਰ ਸਾਹਿਬ ਕਿਰਪਾਲ ਸਿੰਘ ਵੱਲੋਂ ਵੀ ਆਇਆ ਵੀ ਇਹਦਾ ਪੂਰਾ ਡਿਸਕਸ਼ਨ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਸਾਰੀਆਂ ਸੁਜੈਸ਼ਨ ਆ ਜਾਣਗੀਆਂ ਫਿਰ ਇਹਦਾ ਬਕਾਇਦਾ ਇੱਕ ਦਿਨ ਜਿਹੜਾ ਹੈ ਇਹਦੇ 'ਤੇ ਇਹ ਵੀ ਰੱਖਿਆ ਜਾ ਸਕਦਾ ਹੈ ਵਿਚਾਰ ਕਰ ਲਈ ਜਾਏ। ਧੰਨਵਾਦ ਸਭ ਦਾ ਜੀ।